ਜੀ ਨਾਜ਼ਰੀਨ, ਪਾਕਿਸਤਾਨੀ ਗੰਨਾ ਖਾਣਾ ਤੇ ਨਾਟੀ ਗਾਉਂ ਫਿਰ ਤੁਸਾਂ ਕੀ ਅਸ਼ਨਾ ਪਏ ਸੀ। ਯੂਕੇ ਦੇ ਵਿੱਚ ਵਸਦੇ ਹੋ ਲੋਕੋ, ਵਸਦੇ ਹੋ ਲੋਕੋ, ਵਸਦੇ ਹੋ ਲੋਕੋ। ਸਾਡੇ ਜ਼ਮਾਨੇ 'ਚ ਅਸੀਂ ਇੰਨਾ ਮਿਲਦਾ ਵੀ ਨਹੀਂ ਸੀ, ਸ਼ੋਪਿੰਗ ਕਰਨਾ ਬੜਾ ਮੁਸ਼ਕਲ ਹੁੰਦਾ ਜੀ। ਅੱਛਾ ਅੱਛਾ, ਦੂਰ ਕਾਫੀ ਜਾਂਦੇ ਸੋ ਸ਼ੋਪਿੰਗ ਕਰਨ ਵਾਸਤੇ? ਇੱਥੇ ਇੱਕ ਏਰੀਆ ਹੈਗਾ, ਉੱਥੇ ਲੈਂਟਨ ਹੀ ਰਹਿੰਦੇ ਸੀ, ਲੈਂਟਨ ਇੱਕ ਏਰੀਆ ਸੀ। ਅੱਛਾ, ਕਿਹੜੇ ਕਿਹੜੇ ਮੁਲਕ ਨੇ ਲੋਕ ਇੱਥੇ ਰਹਿੰਦੇ ਨੇ? ਇੱਥੇ ਹੁੰਦੇ ਜ਼ਿਆਦਾ ਇਰਾਕੀ ਆ ਗਏ ਨੇ, ਕੁਰਦਿਸ਼ ਆ ਗਏ ਨੇ, ਪੋਲਿਸ਼ ਲੋਕ ਆ ਗਏ ਨੇ, ਰੋਮੇਨੀਅਨ ਬਹੁਤ ਆ ਗਏ ਨੇ। ਅੱਛਾ ਅੱਛਾ, ਤੁਸੀਂ ਦੇਖਦੇ ਹੀ ਆ, ਤੇ ਕਾਫੀ ਮਿਕਸਡ ਮਿਕਸ ਨੈਸ਼ਨੈਲਿਟੀਆਂ। ਠੀਕ ਹੈ ਠੀਕ ਹੈ, ਮਾਸ਼ਾਅੱਲਾ ਮਾਸ਼ਾਅੱਲਾ ਸੁਭਾਨ ਅੱਲਾ। ਜੀ ਨਾਜ਼ਰੀਨ, ਗੱਲ ਕਰਨੇ ਸਾਂ ਕਿ ਅੱਖਾਂ ਜਿਨ੍ਹਾਂ ਦੀਆਂ ਕੋਣੀ। ਕਿਉਂ ਕਰਨਾ ਮੇਰੇ ਦਿਲ ਮੇ ਹੋ ਉਲਫਤ ਰਸੂਲ ਕੀ, ਜੰਨਤ ਮੇ ਲੈ ਕੇ ਜਾਏਗੀ ਚਾਹਤ ਰਸੂਲ ਕੀ। ਜੀ ਨਾਜ਼ਰੀਨ, ਤੁਸਾਂ ਤੱਕਣ ਲੱਗੇ ਹੋ ਨਾਟੀ ਗਾਮ ਪਾਕਿਸਤਾਨੀ ਬਾਜ਼ਾਰ। ਮਾਸ਼ਾਅੱਲਾ, ਬਹੁਤ ਖੂਬਸੂਰਤ ਜਗ੍ਹਾ, ਬਹੁਤ ਖੂਬਸੂਰਤ। ਮੈਂ 18-20 ਸਾਲ ਤੋਂ ਬਾਅਦ ਇੱਥੇ ਆਇਆ, ਲੇਕਿਨ ਜਿਸ ਕੀ ਆਉਣੇ ਨਾ ਮਜ਼ੇ ਕੀ ਵੀ ਮਜ਼ਾ ਆਈ ਗਿਆ, ਆਪਣਾ ਪਾਕਿਸਤਾਨ ਯਾਦ ਆਈ ਗਿਆ। ਮਾਸ਼ਾਅੱਲਾ, ਜੀ ਨਾਜ਼ਰੀਨ, ਹਾਰੂਨ ਹਲਾਲ ਮੀਟ ਗੋਸ਼ਤ ਹੈ ਨੀ ਦੁਕਾਨ, ਕਾਫੀ ਬੜੀ, ਉਰਦੂ ਅਰਬੀ ਲਿਖੀ ਹੋਈ ਹੈ। ਮਾਲੂਮ ਨਹੀਂ ਹੈ ਕਿ ਅਰਬੀ ਭਾਈਆਂ ਨਹੀਂ ਹੈ ਜਾਂ ਪਾਕਿਸਤਾਨੀਆਂ ਨੇ, ਲੇਕਿਨ ਲੱਗਣੇ ਅਰਬੀ ਨੇ। ਅਸਲਾਮ ਅਲੈਕੁਮ, ਹਾਲ ਸ਼ੁਮਾ ਛੇਤੋ ਰੇ ਖੂਬੀ
ਵਿਚ ਕੰਟਰੀ? ਮਾਸ਼ਾਅੱਲਾ ਸੁਭਾਨ ਅੱਲਾ ਅਲਹਮਦੁਲਿਲਾ ਮੂਵੀ ਮੂਵੀ ਮਾਸ਼ਾਅੱਲਾ ਮਾਸ਼ਾਅੱਲਾ ਅਲੈਕੁਮ ਸਲਾਮ ਰਹਿਮਤੁਲਲਾਹ ਵਬਰਕਾਤ ਅਲਹਮਦੁਲਿਲਾ ਅਲਹਮਦੁਲਿਲਾ ਬਖੈਰ ਕੁੱਲੋ ਖੈਰ ਕੁੱਲੋ ਖੈਰ ਮਾਸ਼ਾਅੱਲਾ ਸ਼ੁਮਾ ਅੱਛਾ ਪਸ਼ਤੂ ਠੀਕ ਹੈ ਫਾਰਸੀ ਖੂਬ ਹੈ ਮਾਸ਼ਾਅੱਲਾ ਕਾਰੋਬਾਰ ਖੂਬ ਹੈ ਮਾਸ਼ਾਅੱਲਾ 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 ਬਹੁਤ ਪਿਆਰੀ ਜੀ ਅਫਗਾਨਿਸਤਾਨ ਔਰ ਤੁਰਕੀ ਕੇ ਭਾਈ ਹੈ ਮਾਸ਼ਾਅੱਲਾ ਇਹ ਮੱਛੀ ਵੀ ਰੱਖੀ ਹੋਈ ਹੈ ਇਹਨੇ ਮੈਂ ਥੋੜ੍ਹੀ ਜਿਹੀ ਬੋਲੀ ਕਿੰਨਾ ਵਾ ਫਾਰਸੀ ਉਹ ਇਹਨਾਂ ਨਾਲ ਬੋਲੀ ਹੈ ਮਾਸ਼ਾਅੱਲਾ ਅੱਲਾ ਤਾਲਾ ਅੰਕਲ ਜੀ ਮਿਲੇ ਅੰਕਲ ਜੀ ਕੀ ਨਾਂ ਤੁਹਾਡਾ ਸਜਾਦ ਅਹਿਮਦ ਸਜਾਦ ਅਹਿਮਦ ਅਤੇ ਅੰਕਲ ਜੀ ਤੁਸੀਂ ਕਿੰਨੇ ਅਰਸੇ ਤੋਂ ਇੱਥੇ ਰਹਿ ਰਹੇ ਹੋ ਸਮਝ ਆ ਵੀ ਜ਼ਿੰਦਗੀ ਗੁਜ਼ਰ ਗਈ ਇੱਥੇ 10 ਸਾਲ 71 ਹੀ ਚਾਹੀਦੇ ਅੱਛਾ ਅੱਛਾ ਅਤੇ 71 ਵਿੱਚ ਇੱਥੇ ਆਪਣੇ ਪਾਕਿਸਤਾਨੀ ਲੋਕ ਕਿੰਨੇ ਰਹਿੰਦੇ ਸਨ ਬਹੁਤ ਘੱਟ ਸਨ ਘੱਟ ਸਨ ਬਹੁਤ ਘੱਟ ਸਨ ਠੀਕ ਹੈ ਮਤਲਬ ਹੁਣ ਜਿਤਨੀ ਆਬਾਦੀ ਹੋ ਗਈ ਇਸ ਵਿੱਚ ਨਿਸਬਤ ਬਹੁਤ ਘੱਟ ਸਨ ਇਸ ਬਹੁਤ ਘੱਟ ਸਨ ਉਹਦੇ ਕਾਫੀ ਇੱਥੇ ਯੂਰੋਪੀਅਨ ਦੇ ਆ ਗਏ ਨੇ ਬਹੁਤ ਆ ਗਏ ਨੇ ਲੋਕ ਅੱਛਾ ਉਦੋਂ ਬਸ ਜ਼ਿਆਦਾ ਵੈਸਟ ਇੰਡੀਅਨ ਹੋ ਜਾਂਦੇ ਸੀ ਲੋਕ ਹੁਣ ਠੀਕ ਹੈ ਅਤੇ ਜਦੋਂ ਤੁਸੀਂ ਪਹਿਲੀ ਮਸਜਿਦ ਕਦੋਂ ਬਣੀ ਹੈ ਪਹਿਲੀ ਮਸਜਿਦ ਇੱਥੇ ਉਹ ਇਸਲਾਮਿਕ ਸੈਂਟਰ ਹੀ ਬਣੀ ਸੀ ਅਤੇ ਟਾਊਨ ਸੈਂਟਰ ਹੀ ਸੀਗੀ ਅੱਛਾ ਬਸ ਕੋਈ ਯਾਦ ਹੈ 71-72 'ਚ ਬਣੀ ਹੈ ਨਹੀਂ ਉਹਦਾ ਕੰਮ ਤਾਂ ਕਾਫੀ ਦੇਰ ਦਾ ਸ਼ੁਰੂ ਹੋਇਆ ਅੱਛਾ 75-76 ਵਿੱਚ ਹੋਇਆ ਅੱਛਾ ਸ਼ੁਰੂ ਹੋਈ ਹੈ ਅਤੇ ਹੁਣ ਵੀ ਮੌਜੂਦ ਹੈ ਹੁਣ ਵੀ ਮੌਜੂਦ ਕਾਫੀ ਵੱਡੀ ਹੋਏਗੀ ਹਾਂਜੀ ਹਾਂਜੀ ਠੀਕ ਹੈ ਅਤੇ ਹੋਰ ਇੱਥੇ ਕਿਹੜੇ ਕਿਹੜੇ ਮੁਲਕ ਨੇ ਲੋਕ ਇੱਥੇ ਰਹਿੰਦੇ ਨੇ ਇੱਥੇ ਹੁੰਦੇ ਜ਼ਿਆਦਾ ਇਰਾਕੀ ਆ ਗਏ ਨੇ ਕੁਰਡਿਸ਼ ਆ ਗਏ ਨੇ ਪੋਲਿਸ ਲੋਕ ਆ ਗਏ ਨੇ ਰੋਮੇਨੀਅਨ ਬਹੁਤ ਆ ਗਏ ਨੇ ਅੱਛਾ ਅੱਛਾ ਤੁਸੀਂ ਦੇਖਦੇ ਹੀ ਆ ਤੇ ਕਾਫੀ ਮਿਕਸਡ ਕਹਿੰਦੇ ਮਿਕਸਡ ਨੈਸ਼ਨੈਲਿਟੀਆਂ ਹੋ ਠੀਕ ਹੈ ਠੀਕ ਹੈ ਸਾਡੇ ਜ਼ਮਾਨੇ 'ਚ ਅਸੀਂ ਕਹਿੰਦਾ ਮਿਲਦਾ ਵੀ ਨਹੀਂ ਸੀ ਸ਼ੋਪਿੰਗ ਕਰਨਾ ਬੜਾ ਮੁਸ਼ਕਲ ਹੁੰਦਾ ਜੀ ਅੱਛਾ ਅੱਛਾ ਦੂਰ ਕਾਫੀ ਜਾਂਦੇ ਸੋ ਸ਼ਾਪਿੰਗ ਕਰਨ ਵਾਸਤੇ ਇੱਥੇ ਇੱਕ ਏਰੀਆ ਹੈਗਾ ਉੱਥੇ ਲੈਂਟਨ ਹੀ ਰਹਿੰਦੇ ਸੀ ਅਸੀਂ ਲੈਂਟਨ ਇੱਕ ਏਰੀਆ ਸੀ ਅੱਛਾ ਉਹਦਾ ਖਾਲੀ ਕੋਈ ਸਮਝ ਲਓ ਕੋਈ ਮੀਟ ਸ਼ੋਪ ਹੈਗੀ ਸੀ ਠੀਕ ਠੀਕ ਬੜਾ ਮੁਸ਼ਕਲ ਹੁੰਦਾ ਸੀ ਅੱਛਾ ਅੱਛਾ ਤੇ ਹੁਣ ਤਾਂ ਜੀ ਮੈਂ ਤਾਂ ਇੱਥੇ 18-20 ਸਾਲ ਪਹਿਲਾਂ ਆਇਆ ਤੇ 20 ਸਾਲ ਤੋਂ ਬਾਅਦ ਅੱਜ ਆਇਆ ਸਮਝੋ ਅੱਜ ਮੈਂ ਪਹਿਲੀ ਦਫਾ ਆਇਆ ਠੀਕ ਹੈ ਤਾਂ 20 ਸਾਲ ਪਹਿਲਾਂ ਇੱਕ ਸ਼ਾਦੀ ਤੇ ਆਇਆ ਸਾਂ ਲੇਕਿਨ ਅੱਜ ਤਾਂ ਮੈਨੂੰ ਲੱਗ ਕੇ ਇਹ ਰਹਿ ਕੇ ਆਪਣਾ ਲਾਹੌਰ ਆਜ਼ਾਦ ਕਸ਼ਮੀਰ ਮੀਰਪੁਰ ਜਾਂ ਰਾਵਲਪਿੰਡੀ ਐਸਾ ਤਰੀ ਇਹ ਮਾਹੌਲ ਬਣਿਆ ਇੱਥੇ ਇੱਥੇ ਫੇਰ ਵੀ ਇਹ ਹੁੰਦੀ ਤਾਂ ਤੁਸੀਂ ਗਏ ਹੋ ਦੇਸਿਕਸ ਪਰ ਆਪਣਾ ਅਸੀਂ ਤਾਂ ਲੋ ਅਸੀਂ ਪਿੱਛੋ ਪਿੱਛੋ ਤੁਸੀਂ ਲੋੜਦੇ ਹਾਂ ਅੱਛਾ ਅੱਛਾ ਤਾਂ ਥੋੜ੍ਹਾ ਬਹੁਤ ਮਿਲ ਜਾਂਦਾ ਅੱਛਾ ਖਾਣਾ ਹਾਂ ਜੀ ਟਕਾ ਟਕ ਮਿਲ ਜਾਂਦਾ ਹੋਰ ਚੀਜ਼ਾਂ ਮਿਲ ਜਾਂਦਾ ਮਾਸ਼ਾਅੱਲਾ ਮਾਸ਼ਾਅੱਲਾ ਤਾਂ ਅੰਕਲ ਜੀ ਬਹੁਤ ਸ਼ੁਕਰੀਆ ਤੁਸਾਂ ਦਾ ਨੋ ਪ੍ਰੋਬਲਮ ਰੱਖਣਾ ਬਹੁਤ ਸ਼ੁਕਰੀਆ ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ ਜੀ ਜੀ ਅਲੀ ਭਾਈ ਹੁਣ ਕਿਧਰ ਇਰਾਦਾ ਜਾਣੇ ਨਾ ਜੀ ਸਰ ਹੁਣ ਜਾਣਾ ਉਹ ਸਾਹਮਣੇ ਪਾਰ ਅੱਛਾ ਇਹ ਇੱਕ ਕਿਸਮ ਦਾ ਚੌਕ ਹਾਈਸਨ ਗ੍ਰੀਨ ਅੱਛਾ ਤੇ ਸਾਰੀ ਆਪਣੀ ਕਮਿਊਨਿਟੀ ਹੈ ਜ਼ਿਆਦਾਤਰ ਹੈਬਰ ਗ੍ਰਿਲ ਤੱਕ ਸਕਣੇ ਇਧਰ ਹਾਈਸਨ ਗ੍ਰੀਨ ਰੋਇਲ ਵਾਲੇ ਅੱਛਾ ਸਾਰੇ ਆਪਣੀ ਕਮਿਊਨਿਟੀ ਖਾਣਾ ਫੂਡ ਸ਼ੂਟ ਇਹ ਕਿਸਮ ਦੀ ਸਟਰੀਟ ਫੂਡ ਸਟਰੀਟ ਸਮਝੀ ਗਣੋ ਅੱਛਾ 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 ਤੇ ਬਾਕੀ ਸ਼ਰੀਫ ਜਿਸ ਰਾਹ ਸਾਨੀ ਵਿਮਜ਼ਲੋ ਰੋਡ ਹੈ ਜੀ 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 ਠੀਕ ਹੈ ਸਾਹਮਣੇ ਉਹ ਮੱਕਾ ਸਟੋਰ ਅੱਛਾ ਕਿਹੜੇ ਪਾਸੇ ਉਹ ਸਾਹਮਣੇ ਅੱਛਾ ਅੱਛਾ ਤੇ ਜੀ ਅਲੀ ਭਾਈ ਜਿਹੜਾ ਇਹ ਸਟੋਰ ਨਜ਼ਰ ਅਸ਼ਨਾ ਸਾਹਮਣੇ ਜੀ ਜੀ ਇਹ ਸਰ ਸ਼ਰੀਫ ਐਂਡ ਸੰਸ ਠੀਕ ਹੈ ਬੇਸਿਕਲੀ ਆਪਣੀ ਕਮਿਊਨਿਟੀ ਹੈ ਪਾਕਿਸਤਾਨੀ ਹੈ ਅੱਛਾ ਤੇ ਇਸ ਤੋਂ ਇਲਾਵਾ ਉਹ ਪਾਰ ਮੱਕਾ ਫੂਡ ਸ਼ਾਪ ਇਹਨਾਂ ਨੇ ਦੋ ਤਰੇ ਸ਼ਾਪਾਂ ਇੱਕ ਮਦੀਨਾ ਹੈ
ਉਸ ਤੋਂ ਇਲਾਵਾ ਇਹਨਾਂ ਦੀ ਫਾਰਮੇਸੀ ਵੀ ਹੈ। ਕਿਹੜੀਆਂ ਨੇ? ਮਦੀਨਾ ਫਾਰਮੇਸੀ, ਇਹ ਮੱਕਾ ਸਟੋਰ ਵਾਲਿਆਂ ਨੇ। ਅੱਛਾ ਅੱਛਾ। ਕਾ ਸ਼ਾਪਸ ਨੇ ਦੇਸੀ ਨਜ਼ਾਰੇ। ਕੀ ਬਾਤ ਹੈ, ਦਵਾਣੇ ਕਿਤੇ। ਅਸਲਾਮ ਵਾਲੇਕੁਮ ਭਾਜਨ। ਮਾਸ਼ਾ ਅੱਲਾ ਜੀ, ਇੱਥੇ ਗੰਨੇ ਵੀ ਆਏ ਨੇ ਜੀ। ਵਾਹ ਜੀ ਵਾਹ। ਯੂਕੇ ਦੇ ਵਿੱਚ ਵਸਦੇ ਹੋ ਲੋਕੋ, ਵਸਦੇ ਹੋ ਲੋਕੋ, ਵਸਦੇ ਹੋ ਲੋਕੋ। ਯੂਕੇ ਦੇ ਵਿੱਚ ਵਸਦੇ ਹੋ ਲੋਕੋ, ਮੰਗੋ ਸਾਰੇ ਦੁਆਵਾਂ। ਪਤਨਾ ਵਾਲੇ ਰਹਿਣ ਸਲਾਮਤ, ਰਹਿਣ ਸਲਾਮਤ ਮਾਵਾਂ। ਅੱਲਾਹੂ ਅੱਲਾਹੂ ਹਜ਼ਾਰ ਨਜ਼ਾਰੇ ਇੱਥੇ ਹਰ ਇੱਕ ਦਿਲ ਨੂੰ ਬਾਵੇ, ਫੇਰ ਵੀ ਮੈਨੂੰ ਰਹਿ ਰਹਿ ਲੋਕੋ ਮਾਂ ਦਾ ਚੇਤਾ ਆਵੇ। ਉਹ ਜਿੱਥੇ ਮਾਂ ਨਾ ਬਾਬੁਲ ਹੋਵੇ, ਨਾ ਹੋ ਬੜ ਯਾਰਾਂ ਨੇ, ਚੰਗੇ ਹੋ ਕੇ ਵੀ ਨਹੀਂ ਚੰਗੇ ਲੱਗਦੇ ਲੋਕ ਬੇਗਾਨੇ। ਅੱਲਾਹੂ ਅੱਲਾਹੂ ਕਸ਼ਮੀਰੀ ਤੇ ਪਾਕਿਸਤਾਨੀ ਹੱਸਦੇ ਨਜ਼ਰੀਆਂ ਦੇ, ਬ੍ਰੈਡਫੋਰਡ, ਬਰਮਿੰਗਮ, ਲੰਡਨ ਵਿੱਚ ਨੇ ਸੰਗੀ ਸਾਰੇ। ਇਹਨਾਂ ਸ਼ਹਿਰਾਂ ਦੇ ਵਿੱਚ ਵਸਦੇ ਪਾਕਿਸਤਾਨੀ ਪਿਆਰੇ। ਉਹ ਕੋਟਲੀ ਤੇ ਡਡਿਆਲੇ ਵਾਲੇ ਵੀ ਯੂਕੇ ਦੇ ਵਿੱਚ ਵਸਦੇ, ਹਾਰ ਸ਼ਰੀਫ ਤੇ ਟਾਂਗਰੀ ਵਾਲੇ ਸੱਚ ਰੱਬ ਦਾ ਰਸਤਾ ਦੱਸਦੇ। ਆਸ਼ਿਕ ਪਾਕ ਨਬੀ ਦੇ ਇੱਥੇ ਬੈਠੇ ਰੌਣਕ ਲਾਈ, ਇੱਕ ਇੱਕ ਮਸਜਿਦ ਸੋਹਣੀ ਐ ਨਾ ਚਾਵਾਂ ਨਾਲ ਬਣਾਈ। ਖੁਸ਼ੀਆਂ ਦੀ ਕੋਈ ਕੂਕ ਸੁਣਾਵੇ, ਕੋਈ ਦਿਲ ਦਾ ਦਰਦ ਵਿਖਾਵੇ, ਕਿਸੇ ਨੂੰ ਆਵਣ ਯਾਦ ਪਿਆਰੇ, ਕੋਈ ਟੁਰ ਵਤਨਾ ਨੂੰ ਜਾਵੇ, ਕੋਈ ਟੁਰ ਵਤਨਾ ਨੂੰ ਜਾਵੇ। ਜਦੋਂ ਸੂਰਜ ਡੁੱਬਣ ਜਾਂਦਾ ਏ, ਕਰ ਯਾਦ ਮੈਨੂੰ ਫਿਰ ਆਉਂਦਾ ਏ, ਨਾਲ ਮਾਂ ਦੀ ਯਾਦ ਸਤਾਉਂਦੀ ਏ ਤੇ ਬਾਪੂ ਚੇਤੇ ਆਉਂਦਾ ਏ। ਸੁਲਤਾਨ ਮੁਸਾਫਰ ਇੱਥੇ, ਉਹ ਕੂਚ ਇੱਥੋਂ ਕਰ ਜਾਣਾ, ਲੈ ਕੇ ਪਿਆਰ ਤੂੰ ਸਾਰਣਾ ਸਜਣਾ, ਮੈਂ ਟੁਰ ਵਤਨਾ ਸਲਾਮਤ, ਰਹਿਣ ਸਲਾਮਤ ਮਾਵਾਂ। ਅੱਲਾਹੂ ਅੱਲਾਹੂ
ਲੱਖ ਹਜ਼ਾਰ ਨਜ਼ਾਰੇ ਇੱਥੇ ਹਰ ਇੱਕ ਦਿਲ ਨੂੰ ਬਾਵੇ, ਫੇਰ ਵੀ ਮੈਨੂੰ ਰਹਿ ਰਹਿ ਲੋਕੋ ਮਾਨਾ ਚੇਤਾ ਆਵੇ। ਉਹ ਜਿੱਥੇ ਮਾਨਾ ਬਾਬੁਲ ਹੋਵੇ ਨਾ ਹੋ ਬੜ ਯਾਰਾਂ ਨੇ, ਚੰਗੇ ਹੋ ਕੇ ਵੀ ਨਹੀਂ ਚੰਗੇ ਲੱਗਦੇ ਲੋਕ ਬੇਗਾਨੇ। ਅੱਲਾਹੂ ਅੱਲਾਹੂ ਕਸ਼ਮੀਰੀ ਤੇ ਪਾਕਿਸਤਾਨੀ ਹੱਸਦੇ ਨਜ਼ਰੀਆਂ ਦੇ, ਬ੍ਰੈਡਫੋਰਡ ਬਰਮਿੰਗਮ ਲੰਡਨ ਵਿੱਚ ਨੇ ਸੰਗੀ ਸਾਰੇ, ਇਹਨਾਂ ਸ਼ਹਿਰਾਂ ਦੇ ਵਿੱਚ ਵਸਦੇ ਪਾਕਿਸਤਾਨੀ ਪਿਆਰੇ। ਉਹ ਕੋਟਲੀ ਤੇ ਡਡਿਆਲੇ ਵਾਲੇ ਵੀ ਯੂਕੇ ਦੇ ਵਿੱਚ ਵਸਦੇ, ਗੁਲਹਾਰ ਸ਼ਰੀਫ ਤੇ ਟਾਂਗਰੀ ਵਾਲੇ ਸੱਚ ਰੱਬ ਦਾ ਰਸਤਾ ਦੱਸਦੇ। ਆਸ਼ਿਕ ਪਾਕ ਨਬੀ ਦੇ ਇੱਥੇ ਬੈਠੇ ਰੌਣਕ ਲਾਈ, ਇੱਕ ਇੱਕ ਮਸਜਿਦ ਸੋਹਣੀ ਐ ਨਾ ਚਾਵਾਂ ਨਾਲ ਬੜਾਈ। ਅੱਲਾਹੂ 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 ਅੱਲਾਹੂ। ਖੁਸ਼ੀਆਂ ਦੀ ਕੋਈ ਕੂਕ ਸੁਣਾਵੇ, ਕੋਈ ਦਿਲ ਦਾ ਦਰਦ ਵਿਖਾਵੇ, ਕਿਸੇ ਨੂੰ ਆਵਣ ਯਾਦ ਪਿਆਰੇ, ਕੋਈ ਟੁਰ ਵਤਨਾ ਨੂੰ ਜਾਵੇ, ਕੋਈ ਟੁਰ ਵਤਨਾ ਨੂੰ ਜਾਵੇ। ਜਦੋਂ ਸੂਰਜ ਡੁੱਬਣ ਜਾਂਦਾ ਏ ਕਰ ਯਾਦ ਮੈਨੂੰ ਫਿਰ ਆਉਂਦਾ ਏ, ਨਾਲੇ ਮਾਂ ਦੀ ਯਾਦ ਸਤਾਉਂਦੀ ਏ ਤੇ ਬਾਪੂ ਚੇਤੇ ਆਉਂਦਾ ਏ, ਬਾਪੂ ਚੇਤੇ ਆਉਂਦਾ ਏ। ਮੈਂ ਸੁਲਤਾਨ ਮੁਸਾਫਰ ਇੱਥੇ ਕੂਚ ਇੱਥੋਂ ਕਰ ਜਾਣਾ, ਲੈ ਕੇ ਪਿਆਰ ਤੂੰ ਸਾਰਣਾ ਸਜਣਾ, ਮੈਂ ਟੁਰ ਵਤਨਾ ਨੂੰ ਜਾਣਾ। ਕਿਹੜੀ ਸਟ੍ਰੀਟ ਜੀ? ਰੈਡਫੋਰਡ ਰੋਡ। ਅਸਾਂ ਇਹ ਆਖੀ ਸਕਨੇ ਆ ਕਿ ਛੋਟਾ ਕੁਰਦਿਸਤਾਨ। ਬਿਲਕੁਲ, ਪਹਿਲਾਂ ਅਸਾਂ ਸੁਣਿਆ ਸੀ ਕਿ ਛੋਟਾ ਪਾਕਿਸਤਾਨ ਕਿਹੜੀ ਜਗ੍ਹਾ ਸੀ? ਬਿਲਕੁਲ, ਛੋਟਾ ਪਾਕਿਸਤਾਨ ਇੱਕ ਦਮ ਨਰਟਿੰਗਾ ਮੈਲੋਟਨ ਹੈ ਜਿਹੜਾ, ਬ੍ਰੈਡਫੋਰਡ ਹੈ। ਬ੍ਰੈਡਫੋਰਡ ਹੈ ਪਹਿਲਾਂ ਮਸ਼ਹੂਰ ਬ੍ਰੈਡਫੋਰਡ ਸੀ, ਠੀਕ ਹੈ। ਹੁਣ ਛੋਟਾ ਕੁਰਦਿਸਤਾਨ ਤੁਸੀਂ ਅਗਰ ਤੱਕਣਾ ਵੈ ਤਾਂ ਤੁਸੀਂ ਅੱਜ ਦੀ ਵੀਡੀਓ ਤੱਕੋ, ਸਾਰੀ ਮਜ਼ੇ ਕੀ ਵੀ ਮਜ਼ਾ ਆਈ ਜਾਸੇ ਇਨਸ਼ਾਅੱਲਾ ਜੀ। ਨਾਜ਼ਰੀਨ, ਛੋਟਾ ਕੁਰਦਿਸਤਾਨ, ਠੀਕ ਹੈ, ਇਸ ਵਿੱਚ ਕੁਰਦਿਸ਼ ਬਾਈ ਇਹਨਾਂ ਦੀਆਂ ਬਾਰਬਰ ਸ਼ਾਪ ਮਾਸ਼ਾਅੱਲਾ ਕਾਫੀ ਸਾਰੀਆਂ, ਔਰ ਇਹਨਾਂ ਨੇ ਸੁਪਰ ਸਟੋਰ ਕਾਫੀ ਸਾਰੇ, ਔਰ ਇੱਥੇ ਮੈਂ ਜਿਹੜੀਆਂ ਮੀਟ ਦੀਆਂ ਸ਼ਾਪ ਤੱਕੀਆਂ ਉਹ ਜ਼ਿਆਦਾਤਰ ਇਹਨਾਂ ਦੀਆਂ। ਅੱਗੇ ਇੱਕ ਅੰਕਲ ਹਰੀ ਮਿਲੇ ਪਾਕਿਸਤਾਨੀ, ਉਹਨਾਂ ਮਾਲੂਮਾਤ ਦਿੱਤੀ ਆ, ਉਹਨਾਂ ਆਖਿਆ ਬੇਟਾ ਜਿਹੜਾ ਅਸਾਂ 1971 ਵਿੱਚ ਆਏ ਹਾਂ ਤਾਂ ਉਸ ਵੇਲੇ ਅਸਾਂ ਪਾਕਿਸਤਾਨੀ ਇੱਥੇ, ਅਸਾਂ ਦੂਸਰੇ ਮੁਲਕਾਂ ਦੇ ਲੋਕ ਘੱਟ ਸਨ, ਲੇਕਿਨ ਹੁਣ ਅਲਹਮਦੁਲਿਲਾ ਦੂਏ ਲੋਕ ਵੀ ਇੱਥੇ ਆਬਾਦ ਹੋਏ, ਜਿਨ੍ਹਾਂ 'ਚੋਂ ਕੁਰਦਿਸਤਾਨ ਨੇ ਲੋਕ ਉਹ ਇੱਥੇ ਮਾਸ਼ਾਅੱਲਾ ਅਕਸਰੀਅਤ ਨੇ। ਇਹ ਜਿਹੜਾ ਤੁਸੀਂ ਨਜ਼ਰ ਰੱਖਣ ਲੱਗੇ ਆ ਇਹ ਸਭ ਕੁਰਦਿਸ਼ ਭਾਈ,
ਇਹਨਾਂ ਦੀਆਂ ਦੁਕਾਨਾਂ ਨੇ। ਅਸਾਂ ਦੁਆ ਖਸੂਸੀ ਕਰਨੇ ਹਾਂ ਇਹਨਾਂ ਵਾਸਤੇ, ਅੱਲਾਹ ਤਾਲਾ ਇਹਨਾਂ ਨੇ ਕਾਰੋਬਾਰ ਵਿੱਚ ਬਰਕਤਾਂ ਅਤਾ ਫਰਮਾਨ। ਠੀਕ ਹੈ, ਮਾਸ਼ਾਅੱਲਾ ਮਾਸ਼ਾਅੱਲਾ, ਅੱਲਾਹ ਤਾਲਾ ਸਲਾਮਤ ਰੱਖਣ ਇਹਨਾਂ ਕਿਨਾਂ। ਠੀਕ ਹੈ, ਜ਼ਬਰਦਸਤ ਜਿਹੜਾ ਨੇ ਇਹ ਰਾਰ ਪਾਰ ਜਿਹੜਾ ਤੁਸਾਂ ਕਿ ਨਜ਼ਰ ਅੱਛਣ ਲੱਗੇ ਆ, ਇੱਥੇ ਜ਼ਿਆਦਾਤਰ ਕੁਰਦਿਸਤਾਨ ਨੇ ਸਨ ਭਾਈ, ਔਰ ਉਹਨਾਂ ਤੋਂ ਬਾਅਦ ਦੂਸਰੇ। ਮਾਸ਼ਾਅੱਲਾ ਇਹ ਤੱਕੋ ਨਾਜ਼ਰੀਨ, ਇਹ ਪਤਾ ਲੱਗਣਾ ਇਰਾਕ ਵਿੱਚ ਅਸਾਂ ਫਿਰਨ ਲੱਗੇ ਹਾਂ। ਸਭ ਤੋਂ ਪਹਿਲਾਂ ਜਨਾਬ ਬੜੇ ਦੂਰੋਂ ਤੁਸੀਂ ਸਪੈਸ਼ਲੀ ਜਨਾਬ ਮਿਲਣ ਵਾਸਤੇ ਆਏ ਹੋ, ਮੈਂ ਕਿ ਬਹੁਤ ਇੱਕ ਕਿਸਮ ਦੀ ਸਾਦਤ ਦੀ ਗੱਲ ਹੈ ਮੇਰੇ ਵਾਸਤੇ। ਕੋਸ਼ਿਸ਼ ਕਰੋ ਤਾਂ ਕੋਈ ਵੀ ਕੰਮ ਹੈ ਬਿਲਕੁਲ ਸਾਡੇ ਆਦਿਲ ਭਾਈ ਹੈ ਮੁਲਾਕਾਤ ਜਲਦੀ ਹੋਵੇ ਜਾਂ ਲੇਟ ਹੋਵੇ ਨਾ, ਉਹ ਵੀ ਜੇ ਤਾਂ ਬਸ ਜਿਹੜਾ ਨਾ, ਕੁਝ ਐਸੇ ਲੋਕ ਵੀ ਹੈ ਜਿਨ੍ਹਾਂ ਦੀ ਲੇਟ ਵੀ ਨਹੀਂ, ਬਹੁਤ ਮੁਸ਼ਕਿਲ ਹੈ ਲੇਟ ਵੀ ਨਹੀਂ ਹੋਏ ਬਿਲਕੁਲ। ਤੇ ਬਾਕੀ ਹੁਣ ਫਿਲਹਾਲ ਪਾਣੀ ਪੀਣਾ ਜੀ, ਇਨਸ਼ਾਅੱਲਾ ਫਿਰ ਆਬੇ ਜ਼ਮਜ਼ਮ ਹੈ ਜੀ ਜੀ ਆਬੇ ਜ਼ਮਜ਼ਮ ਜਿਹੜਾ ਖਲੀ ਤੇ ਪੀਣਾ ਚਾਹੀਦਾ ਵਾ ਜੀ ਜੀ ਕਿਬਲਾ ਖਲੀ ਦੇ ਦਾ ਮੈਂ ਬਹੁਤ ਸ਼ੁਕਰੀਆ ਜਨਾਬ ਬੰਦਾ ਟਾਲਿਆ ਵੀ ਅਗਰ ਕੇ ਨਹੀਂ ਜੀ ਕੋਈ ਨੀ ਵਜ੍ਹਾ, ਲੇਕਿਨ ਕੋਈ ਨਾ ਕੋਈ ਵਜ੍ਹਾ ਹੋਣੀ ਹੈ ਉਹਨਾਂ ਕੀ ਪਤਾ ਲੱਗ।